ਮੇਰੀ ਬੋਡੀ ਲੈਂਗੁਏਜ ਤੋਂ ਲੱਗ ਰਿਹਾ ਮੈਂ ਲੱਗਦਾ ਨਾਰਾਜ਼ ਹੋ ਇਹ ਫਿਰ ਤੁਸੀਂ ਮੈਂ ਤੁਹਾਨੂੰ ਆਪ ਕਿਸੇ ਡਾਕਟਰ ਕੋਲ ਲੈ ਕੇ ਚੱਲਦਾ ਇਲਾਜ ਤੁਹਾਡਾ ਕਰਾਉਣ ਦੀ ਲੋੜ ਹੈ ਮੇਰਾ ਮੈਂ ਪਹਿਲੇ ਦਿਨੋਂ ਕਹਿੰਦਾ ਰਿਹਾ ਮੇਰੇ ਤੁਸੀਂ ਪਿਛਲੇ ਕਈ ਮਹੀਨਿਆਂ ਦੀਆਂ ਸਟੇਟਮੈਂਟਾਂ ਚੱਕ ਲਓ ਮੈਂ ਇੱਕੋ ਗੱਲ ਕਹਿੰਦਾ ਰਿਹਾ ਕਿ ਇਹ ਮੈਟਰ ਨਹੀਂ ਕਰਦਾ ਹੈਗਾ ਕਿ ਅਮਨ ਅਰੋੜਾ ਨੂੰ ਕੀ ਮਿਲਦਾ ਮੈਟਰ ਇਹ ਕਰਦਾ ਕੀ ਪੰਜਾਬ ਦੀ ਜਨਤਾ ਨੂੰ ਨਸ਼ੇ ਤੋਂ ਕਰਜ਼ੇ ਤੋਂ ਛੁਟਕਾਰਾ ਮਿਲਦਾ ਕੀ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਦੇ ਰੋਜ਼ਗਾਰ ਮਿਲਦਾ ਕੀ ਪੰਜਾਬ ਸੁਣ ਤਾਂ ਲਓ ਇੱਕ ਵਾਰ ਐ ਨਾ ਕਰੇ ਵਿੱਚ ਨਾ ਟੁੱਕਿਆ ਕਰੋ ਕੀ ਪੰਜਾਬ ਨੂੰ ਇੱਕ ਚੰਗਾ ਹੈਲਥ ਔਰ ਐਜੂਕੇਸ਼ਨ ਸਿਸਟਮ ਮਿਲਦਾ ਅਤੇ ਉਹ ਮੈਂ 100% ਦਾਅਵੇ ਨਾਲ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਅਰਵਿੰਦ ਕੇਜਰੀਵਾਲ ਜੀ ਦਾ ਗਵਰਨੈਂਸ ਮਾਡਲ ਨੂੰ ਜਦੋਂ ਭਗਵੰਤ ਮਾਨ ਜੀ ਦੀ ਸਰਕਾਰ ਪੰਜਾਬ ਦੇ ਵਿੱਚ ਬਿਹਤਰੀਨ ਤਰੀਕੇ ਨਾਲ ਇੰਪਲੀਮੈਂਟ ਕਰੂਗੀ ਤਾਂ ਸਾਰਾ ਕੁਛ ਮਿਲੂਗਾ ਸੋ ਇਸ ਕਰਕੇ ਅਮਨ ਅਰੋੜਾ ਨੂੰ ਕੀ ਮਿਲਦਾ ਇਹ ਮੈਟਰ ਨਹੀਂ ਕਰਦਾ ਹੈਗਾ ਜਦੋਂ ਸੁਣ ਤਾਂ ਲਓ ਯਾਰ ਫਿਰ ਟੁੱਕ ਲੱਗ ਜਾਂਦੇ ਖੜ੍ਹ ਤਾਂ ਜਾਓ ਕਮੈਂਟ ਐਂ ਕਰਦੇ ਹੋ ਜਦੋਂ ਔਰ ਸਭ ਤੋਂ ਵੱਡੀ ਗੱਲ ਆ ਜਦੋਂ ਭਗਵੰਤ ਮਾਨ ਜੀ ਨੇ ਕਹਿ ਦਿੱਤਾ ਸੀਗਾ ਕਿ ਇਕੱਲੇ ਉਹ ਸਹੁੰ ਨਹੀਂ ਚੱਕ ਰਹੇ ਹੈਗੇ ਪੰਜਾਬ ਦੀ 3 ਕਰੋੜ ਜਨਤਾ ਉਹਨਾਂ ਦੇ ਨਾਲ ਸਹੁੰ ਚੱਕ ਰਹੀ ਹੈ ਅਤੇ ਅਮਨ ਅਰੋੜਾ ਵੀ ਉਹਨਾਂ 3 ਕਰੋੜ ਜਨਤਾ ਦੇ ਵਿੱਚੋਂ ਹੀ ਹੈ ਮੈਂ ਪਾਰਟੀ ਦਾ ਸਭ ਤੋਂ ਛੋਟਾ ਅਤੇ ਨਿਮਾਣਾ ਵਰਕਰ ਹਾਂ ਜਦੋਂ ਮੇਰੀ ਪਾਰਟੀ ਦੀ ਸਰਕਾਰ ਬਣ ਗਈ ਮੇਰਾ ਵੱਡੇ ਭਰਾ ਭਗਵੰਤ ਮਾਨ ਜੀ ਮੁੱਖ ਮੰਤਰੀ ਬਣ ਗਏ ਮੈਂ ਸਮਝਦਾ ਕਿ ਮੇਰੇ ਨਾਲ ਸਾਰਾ ਪੰਜਾਬ ਜਿਹੜਾ ਮੁੱਖ ਮੰਤਰੀ ਬਣ ਗਿਆ ਸੋ ਇਹ ਨਾਰਾਜ਼ਗੀ ਦੀਆਂ ਜਿਹੜੀਆਂ ਗੱਲਾਂ ਜਾਂ ਬੋਡੀ ਲੈਂਗੁਏਜ ਤੁਸੀਂ ਪਤਾ ਨਹੀਂ ਕਿਹੜੀ ਸਟੱਡੀ ਕੀਤੀ ਹੈ ਕਿ ਬੋਡੀ ਲੈਂਗੁਏਜ ਤੋਂ ਆਪ ਹੀ ਹਿਸਾਬ ਲਾ ਲੈਂਦੇ ਹੋ ਨਾ ਅਮਨ ਅਰੋੜਾ ਨਾਰਾਜ਼ ਹੋਣ ਵਾਲਿਆਂ ਦੇ ਵਿੱਚੋਂ ਸੀਗਾ ਨਾ ਹੈਗਾ ਅਤੇ ਨਾ ਕਦੇ ਹੋਊਗਾ ਮੇਰਾ ਮਕਸਦ ਸਿਰਫ ਔਰ ਸਿਰਫ ਆਪਦੇ ਪੰਜਾਬ ਦੀ ਆਪਦੀ ਪਾਰਟੀ ਦੀ ਚੜ੍ਹਦੀ ਕਲਾ ਮੰਗਣਾ ਅਤੇ ਉਹ ਮੈਂ ਮੰਗਦਾ ਪਰ ਹਲਕੇ ਦੇ ਲੋਕਾਂ ਨੂੰ ਦੂਜੀ ਵਾਰ ਵਿਧਾਇਕ ਬਣਿਆ ਹੈ ਸਾਡੇ ਹਲਕੇ ਦਾ ਉਸਨੂੰ ਮੰਤਰੀ ਬਣਾਇਆ ਜਾਵੇ ਹਲਕੇ ਦੇ ਲੋਕਾਂ ਨੂੰ ਉਮੀਦ ਤਾਂ ਹੁੰਦੀ ਹੈ ਹੈ ਯਾਰ ਤੁਸੀਂ ਹੁਣ ਮੈਨੂੰ ਨਾਰਾਜ਼ ਕਹਿੰਦੇ ਸੀ ਹੁਣ ਲੋਕਾਂ ਨੂੰ ਨਾਰਾਜ਼ ਕਹਿਣ ਲੱਗ ਗਏ ਤੁਸੀਂ ਖੁਸ਼ ਹੋ ਇੱਕ ਮਿੰਟ ਸੁਣ ਤਾਂ ਲਓ ਇੱਕ ਮਿੰਟ ਤੁਸੀਂ ਹੁਣ ਇੱਥੇ ਜਿਹੜੇ ਹਲਕੇ ਦੇ ਲੋਕਾਂ ਦੀ ਗੱਲ ਕਰਦੇ ਇੱਥੇ ਉਹ ਤਾਂ ਹੈ ਨਹੀਂ ਗਏ ਇੱਥੇ ਜਾਂ ਅਮਨ ਅਰੋੜਾ ਜਾਂ ਤੁਸੀਂ ਹੋ ਅਮਨ ਅਰੋੜਾ ਨਾਰਾਜ਼ ਨਾ ਸੀ ਨਾ ਹੈ ਅਤੇ ਨਾ ਹੋਊਗਾ ਲੋਕ ਇੱਥੇ ਹੈ ਨਹੀਂ ਖੜ੍ਹ ਜਾਓ ਇੱਕ ਮਿੰਟ ਲੋਕ ਇੱਥੇ ਹੈ ਨਹੀਂ ਤੁਸੀਂ ਪੱਤਰਕਾਰ ਨਾਰਾਜ਼ ਹੋ ਨਾਰਾਜ਼ ਹੋ ਆ ਕਿਤੇ ਨਾਰਾਜ਼ ਹੈ ਤੁਸੀਂ ਆਪਦਾ ਹਿਸਾਬ ਕਿਤਾਬ ਰੱਖੋ ਮੈਂ ਲੋਕਾਂ ਦੀ ਉਮੀਦਾਂ ਨਹੀਂ ਭਾਈ ਸਾਹਿਬ ਸੁਣ ਲਓ ਮੇਰੀ ਗੱਲ ਕਹਿੰਦੇ ਲੋਕਾਂ ਦੀ ਹੁਣ ਤੁਸੀਂ ਮੇਰੇ ਤੋਂ ਛੱਡੀ ਹੁਣ ਤੁਸੀਂ ਲੋਕਾਂ 'ਤੇ ਪਹੁੰਚ ਗਏ ਐਡੇ ਬਚਪਨੇ ਵਾਲੇ ਸਵਾਲ ਨਾ ਕਰੋ ਪੱਤਰਕਾਰ ਹੋ ਸੀਰੀਅਸ ਪੱਤਰਕਾਰੀ ਕਰੀਏ ਆਪਾਂ ਤੁਸੀਂ ਪੰਜਾਬ ਦੇ ਮੁੱਦੇ ਮਸਲਿਆਂ ਦੀ ਆਪਾਂ ਗੱਲ ਕਰੀਏ ਉਹੀ ਮੈਂ ਪਹਿਲੇ ਦਿਨੋਂ ਕਰਦਾ ਰਿਹਾ ਅਤੇ ਉਹੀ ਕਰਦਾ ਰਹੂੰਗਾ ਕੌਣ ਕੀ ਹਾਈਪੋਥੈਟੀਕਲ ਹਵਾਈ ਗੱਲਾਂ ਆਪ ਹੀ ਬਣਾਈ ਜਾਂਦੇ ਹੋ ਆਪ ਹੀ ਇਸ ਚੀਜ਼ ਨੂੰ ਕਿਵੇਂ ਸਮਝਿਆ ਜਾਵੇ ਬੜੇ ਕਮਲਾਂ ਨੇ ਜਿਸ ਤਰ੍ਹਾਂ ਟਵੀਟ ਕਰਿਆ ਉਹਨਾਂ ਨੇ 3-4 ਨਾਂ ਲਏ ਕਿ ਠੀਕ ਮੰਨਦੇ ਹੋ ਤੁਸੀਂ ਜਾਂ ਪਾਰਟੀ ਦਾ